ਆਪਸ ਚ ਲੜ ਪਈਆਂ ਸੋਕਣਾ, ਪੱਟ ਦਿੱਤੇ ਇੱਕ ਦੂਸਰੇ ਦੇ ਵਾਲ, ਪਤੀ ਕਰਕੇ ਹੋਈ ਲੜਾਈ। ਇੱਕ ਪੰਜਾਬੀ ਤਾਂ ਦੂਸਰੀ ਹੈ ਹਿਮਾਚਲੀ। ਤਾਂ ਪੰਜਾਬ ਅਤੇ ਹਿਮਾਚਲ ਦੇ ਲੋਕਾਂ ਦੀ ਲੜਾਈ ਬਾਰੇ ਤਾਂ ਤੁਸੀਂ ਸੁਣਿਆ ਹੀ ਹੋਵੇਗਾ, ਪਰ ਹੁਣ ਇਹ ਦੋ ਸੋਕਣਾਂ ਦੀ ਆਪਸ ਦੇ ਵਿੱਚ ਲੜਾਈ ਹੋਈ ਹੈ, ਜਿਸ ਦੇ ਵਿੱਚੋਂ ਇੱਕ ਪੰਜਾਬੀ ਹੈ ਅਤੇ ਦੂਸਰੀ ਹਿਮਾਚਲ ਤੋਂ। ਤਾਂ ਇਸ ਸੰਬੰਧੀ ਇਹਨਾਂ ਦੀ ਇੱਕ CCTV ਵੀਡੀਓ ਸਾਹਮਣੇ ਆਈ ਹੈ, ਜਿਸ ਦੇ ਵਿੱਚ ਇੱਕ ਦੂਸਰੇ ਦੇ ਵਾਲ ਪੱਟਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਤਾਂ ਦੱਸ ਦਈਏ ਕਿ ਪੂਰਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ, ਜਿੱਥੇ ਇੱਕ ਸ਼ਖਸ ਦੇ ਵੱਲੋਂ ਦੋ ਵਿਆਹ ਕਰਵਾਏ ਗਏ। ਤਾਂ ਪਹਿਲੀ ਪਤਨੀ ਅੰਮ੍ਰਿਤਸਰ ਤੋਂ ਹੈ, ਤਾਂ ਉਸ ਤੋਂ ਇਸਨੂੰ ਕੋਈ ਵੀ ਬੱਚਾ ਨਾ ਹੋਇਆ, ਜਿਸ ਕਰਕੇ ਇਸ ਦੇ ਵੱਲੋਂ ਹਿਮਾਚਲ ਦੀ ਰਹਿਣ ਵਾਲੀ ਮਹਿਲਾ ਦੇ ਨਾਲ ਵਿਆਹ ਕਰਵਾਇਆ ਗਿਆ। ਤਾਂ ਹੁਣ ਇਹ ਮਹਿਲਾ ਹਿਮਾਚਲ ਤੋਂ ਆਉਂਦੀ ਹੈ ਅਤੇ ਉਸਦੀ ਪਹਿਲੀ ਪਤਨੀ ਦੇ ਨਾਲ ਅੰਮ੍ਰਿਤਸਰ ਦੇ ਵਿੱਚ ਆ ਕੇ ਕੁੱਟਮਾਰ ਕਰਦੀ ਹੈ। ਤਾਂ ਇਸ ਸੰਬੰਧੀ ਇਹ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਦੇ ਵਿੱਚ ਇਹਨਾਂ ਦੇ ਵੱਲੋਂ ਇੱਕ ਦੂਸਰੇ 'ਤੇ ਹਮਲਾ ਕੀਤਾ ਜਾਂਦਾ ਅਤੇ ਵਾਲ ਪੜਦੀਆਂ ਹੋਈਆਂ ਨਜ਼ਰ ਆਉਂਦੀਆਂ ਨੇ, ਜਿਸ ਦੇ ਵਿੱਚ ਦੋਨਾਂ ਦੇ ਸੱਟਾਂ ਲੱਗਦੀਆਂ ਨੇ। ਤਾਂ ਹੁਣ ਪਹਿਲੀ ਪਤਨੀ ਦੇ ਵੱਲੋਂ ਆਪਣੀ ਸੌਕਣ ਦੇ ਖਿਲਾਫ ਪੁਲਿਸ ਦੇ ਵਿੱਚ ਮਾਮਲਾ ਦਰਜ ਕਰਵਾਇਆ ਗਿਆ। ਤਾਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਵੱਲੋਂ ਇਹ ਲੜਾਈ ਕੀਤੀ ਜਾ ਰਹੀ ਹੈ, ਜਿਸ ਦੇ ਵਿੱਚ ਇੱਕ ਦੂਸਰੇ ਦੇ ਇਹ ਵਾਲ ਪੱਟਦੀਆਂ ਹੋਈਆਂ ਵੀ ਨਜ਼ਰ ਆ ਰਹੀਆਂ ਨੇ, ਜਿਸ ਦੇ ਵਿੱਚ ਹੁਣ ਇਸ ਮਹਿਲਾ ਦੇ ਵੱਲੋਂ ਪੁਲਿਸ ਨੂੰ ਵੀ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਤਾਂ ਸ਼ਖਸ ਦੇ ਵੱਲੋਂ ਦੋ ਵਿਆਹ ਕਰਵਾਏ ਗਏ ਸੀ। ਤਾਂ ਇਸਦੀਆਂ ਦੋਨੋਂ ਪਤਨੀਆਂ ਦੀ ਆਪਸ ਦੇ ਵਿੱਚ ਲੜਾਈ ਹੋਈ ਹੈ, ਜਿਸ ਦੇ ਵਿੱਚ ਇੱਕ ਪਤਨੀ ਇਸਦੀ ਪੰਜਾਬ ਤੋਂ ਜਦਕਿ ਦੂਸਰੀ ਹਿਮਾਚਲ ਤੋਂ ਹੈ। ਤਾਂ ਦੋਨਾਂ ਦੀ ਆਪਸ ਦੇ ਵਿੱਚ ਲੜਾਈ ਹੋਈ ਹੈ। ਤਾਂ ਇਹ ਹਿਮਾਚਲ ਦੀ ਰਹਿਣ ਵਾਲੀ ਲੜਕੀ ਸਪੈਸ਼ਲ ਹਿਮਾਚਲ ਤੋਂ ਆਉਂਦੀ ਹੈ ਅਤੇ ਇਸ ਮਹਿਲਾ ਦੀ ਕੁੱਟਮਾਰ ਕਰਦੀ ਹੈ, ਜਿਸ ਤੋਂ ਬਾਅਦ ਇਸ ਮਹਿਲਾ ਦੇ ਵੱਲੋਂ ਹੁਣ ਪੁਲਿਸ ਦੇ ਵਿੱਚ ਮਾਮਲਾ ਦਰਜ ਕਰਵਾਇਆ ਗਿਆ। ਆਪਸ ਚ ਲੜ ਪਈਆਂ ਸੋਕਣਾ, ਪੱਟ ਦਿੱਤੇ ਇੱਕ ਦੂਸਰੇ ਦੇ ਵਾਲ, ਪਤੀ ਕਰਕੇ ਹੋਈ ਲੜਾਈ। ਇੱਕ ਪੰਜਾਬੀ ਤਾਂ ਦੂਸਰੀ ਹੈ ਹਿਮਾਚਲੀ। ਤਾਂ ਪੰਜਾਬ ਅਤੇ ਹਿਮਾਚਲ ਦੇ ਲੋਕਾਂ ਦੀ ਲੜਾਈ ਬਾਰੇ ਤਾਂ ਤੁਸੀਂ ਸੁਣਿਆ ਹੀ ਹੋਵੇਗਾ, ਪਰ ਹੁਣ ਇਹ ਦੋ ਸੋਕਣਾਂ ਦੀ ਆਪਸ ਦੇ ਵਿੱਚ ਲੜਾਈ ਹੋਈ ਹੈ, ਜਿਸ ਦੇ ਵਿੱਚੋਂ ਇੱਕ ਪੰਜਾਬੀ ਹੈ ਅਤੇ ਦੂਸਰੀ ਹਿਮਾਚਲ ਤੋਂ। ਤਾਂ ਇਸ ਸੰਬੰਧੀ ਇਹਨਾਂ ਦੀ ਇੱਕ CCTV ਵੀਡੀਓ ਸਾਹਮਣੇ ਆਈ ਹੈ, ਜਿਸ ਦੇ ਵਿੱਚ ਇੱਕ ਦੂਸਰੇ ਦੇ ਵਾਲ ਪੱਟਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਤਾਂ ਦੱਸ ਦਈਏ ਕਿ ਪੂਰਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ, ਜਿੱਥੇ ਇੱਕ ਸ਼ਖਸ ਦੇ ਵੱਲੋਂ ਦੋ ਵਿਆਹ ਕਰਵਾਏ ਗਏ। ਤਾਂ ਪਹਿਲੀ ਪਤਨੀ ਅੰਮ੍ਰਿਤਸਰ ਤੋਂ ਹੈ, ਤਾਂ ਉਸ ਤੋਂ ਇਸਨੂੰ ਕੋਈ ਵੀ ਬੱਚਾ ਨਾ ਹੋਇਆ, ਜਿਸ ਕਰਕੇ ਇਸ ਦੇ ਵੱਲੋਂ ਹਿਮਾਚਲ ਦੀ ਰਹਿਣ ਵਾਲੀ ਮਹਿਲਾ ਦੇ ਨਾਲ ਵਿਆਹ ਕਰਵਾਇਆ ਗਿਆ। ਤਾਂ ਹੁਣ ਇਹ ਮਹਿਲਾ ਹਿਮਾਚਲ ਤੋਂ ਆਉਂਦੀ ਹੈ ਅਤੇ ਉਸਦੀ ਪਹਿਲੀ ਪਤਨੀ ਦੇ ਨਾਲ ਅੰਮ੍ਰਿਤਸਰ ਦੇ ਵਿੱਚ ਆ ਕੇ ਕੁੱਟਮਾਰ ਕਰਦੀ ਹੈ। ਤਾਂ ਇਸ ਸੰਬੰਧੀ ਇਹ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਦੇ ਵਿੱਚ ਇਹਨਾਂ ਦੇ ਵੱਲੋਂ ਇੱਕ ਦੂਸਰੇ 'ਤੇ ਹਮਲਾ ਕੀਤਾ ਜਾਂਦਾ ਅਤੇ ਵਾਲ ਪੜਦੀਆਂ ਹੋਈਆਂ ਨਜ਼ਰ ਆਉਂਦੀਆਂ ਨੇ, ਜਿਸ ਦੇ ਵਿੱਚ ਦੋਨਾਂ ਦੇ ਸੱਟਾਂ ਲੱਗਦੀਆਂ ਨੇ। ਤਾਂ ਹੁਣ ਪਹਿਲੀ ਪਤਨੀ ਦੇ ਵੱਲੋਂ ਆਪਣੀ ਸੌਕਣ ਦੇ ਖਿਲਾਫ ਪੁਲਿਸ ਦੇ ਵਿੱਚ ਮਾਮਲਾ ਦਰਜ ਕਰਵਾਇਆ ਗਿਆ। ਤਾਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਵੱਲੋਂ ਇਹ ਲੜਾਈ ਕੀਤੀ ਜਾ ਰਹੀ ਹੈ, ਜਿਸ ਦੇ ਵਿੱਚ ਇੱਕ ਦੂਸਰੇ ਦੇ ਇਹ ਵਾਲ ਪੱਟਦੀਆਂ ਹੋਈਆਂ ਵੀ ਨਜ਼ਰ ਆ ਰਹੀਆਂ ਨੇ, ਜਿਸ ਦੇ ਵਿੱਚ ਹੁਣ ਇਸ ਮਹਿਲਾ ਦੇ ਵੱਲੋਂ ਪੁਲਿਸ ਨੂੰ ਵੀ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਤਾਂ ਸ਼ਖਸ ਦੇ ਵੱਲੋਂ ਦੋ ਵਿਆਹ ਕਰਵਾਏ ਗਏ ਸੀ। ਤਾਂ ਇਸਦੀਆਂ ਦੋਨੋਂ ਪਤਨੀਆਂ ਦੀ ਆਪਸ ਦੇ ਵਿੱਚ ਲੜਾਈ ਹੋਈ ਹੈ, ਜਿਸ ਦੇ ਵਿੱਚ ਇੱਕ ਪਤਨੀ ਇਸਦੀ ਪੰਜਾਬ ਤੋਂ ਜਦਕਿ ਦੂਸਰੀ ਹਿਮਾਚਲ ਤੋਂ ਹੈ। ਤਾਂ ਦੋਨਾਂ ਦੀ ਆਪਸ ਦੇ ਵਿੱਚ ਲੜਾਈ ਹੋਈ ਹੈ। ਤਾਂ ਇਹ ਹਿਮਾਚਲ ਦੀ ਰਹਿਣ ਵਾਲੀ ਲੜਕੀ ਸਪੈਸ਼ਲ ਹਿਮਾਚਲ ਤੋਂ ਆਉਂਦੀ ਹੈ ਅਤੇ ਇਸ ਮਹਿਲਾ ਦੀ ਕੁੱਟਮਾਰ ਕਰਦੀ ਹੈ, ਜਿਸ ਤੋਂ ਬਾਅਦ ਇਸ ਮਹਿਲਾ ਦੇ ਵੱਲੋਂ ਹੁਣ ਪੁਲਿਸ ਦੇ ਵਿੱਚ ਮਾਮਲਾ ਦਰਜ ਕਰਵਾਇਆ ਗਿਆ।